ਤੁਸੀਂ ਨੇੜੇ ਤੇੜੇ ਦੱਸ ਦੋ ਵੀ ਕਮਾਈ ਕਿੰਨੀ ਹੋ ਜਾਂਦੀ ਹੈ ਜਣੋ ਇੱਕ ਫਾਰਮ ਚੋਂ ਇੱਕ ਫਾਰਮ ਦੇ ਵਿੱਚੋਂ ਜੇ ਮਹੀਨੇ ਦੀ ਆ ਫੀਡ ਪਈ ਹੈ ਜੀ ਇਹਨਾਂ ਦਾ ਖਾਣਾ ਜਦੋਂ ਥੋੜੇ ਜੇ ਵੱਡੇ ਹੋ ਗਏ ਤਾਂ ਇਹ ਇੱਧਰ ਸ਼ਿਫਟ ਕਰ ਦਿੱਤੇ ਜਾਂਦੇ ਆ ਇਹ ਤਾਂ ਹਜੇ ਬੱਚੇ ਆ ਇਹ ਕਿੰਨੇ ਦਿਨ ਹੋ ਗਏ ਬਾਈ ਇਹਨਾਂ ਨੂੰ ਤੁਹਾਡਾ ਕੀ ਇਹ ਤੁਹਾਡਾ ਆਪਣਾ ਕਿ ਤੁਸੀਂ ਇਹਨੂੰ ਆਪ ਵੇਚਦੇ ਆ ਲਿਜਾ ਕੇ ਮਾਰਕੀਟ ਦੇ ਵਿੱਚ ਜਾਂ ਤੁਹਾਡਾ ਕੰਪਨੀ ਨਾਲ ਕਨੈਕਟ ਹੈ ਮੇਰਾ ਕੰਪਨੀ ਨਾਲ ਕਨੈਕਟ ਹੈ ਅੱਛਾ ਕੰਪਨੀ ਆਈ ਵੀ ਕੰਪਨੀ ਆਈ ਵੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਯੂਟਿਊਬ ਚੈਨਲ 'ਤੇ ਅੱਜ ਦੇ ਬਲੌਗ ਵਿੱਚ ਜਿਵੇਂ ਕਿ ਤੁਸੀਂ ਥੰਬਨੇਲ 'ਚ ਦੇਖ ਲਿਆ ਹੋਣਾ ਹੈ ਕਿ ਮੁਰਗੀ ਫਾਰਮ ਬਾਰੇ ਆਪਾਂ ਦੱਸਾਂਗੇ ਕਿ ਮੁਰਗੀ ਫਾਰਮਾਂ ਵਿੱਚ ਕਿੰਨੀ ਕਮਾਈ ਆ ਜਾਂ ਕੋਈ ਇੱਥੇ ਨੁਕਸਾਨ ਆ ਜਿਹੜੇ ਨਵੇਂ ਮੁੰਡੇ ਆਪਣਾ ਮੁਰਗੀ ਫਾਰਮ ਦਾ ਕੰਮ ਕਰਨਾ ਚਾਹੁੰਦੇ ਆ ਤਾਂ ਉਹਨਾਂ ਬਾਰੇ ਬਹੁਤ ਵਧੀਆ ਵੀਡੀਓ ਧਿਆਨ ਨਾਲ ਦੇਖਣ ਜਾਂ ਜਿਹੜੇ ਸੋਚ ਰਹੇ ਆ ਅੱਜ ਬਾਈ ਨੂੰ ਪੁੱਛਾਂਗੇ ਬਾਈ ਕੋਲ ਪਹਿਲਾਂ ਇੱਕ ਫਾਰਮ ਸੀਗਾ ਫਿਰ ਬਾਈ ਨੇ ਦੂਜਾ ਵੀ ਬਣਾਇਆ ਠੀਕ ਆ ਜੀ ਬਾਈ ਨਾਲ ਇੰਟਰਵਿਊ ਕਰਾਂਗੇ ਸਭ ਕੁਝ ਗੱਲਾਂ ਸਪਸ਼ਟ ਹੋਣਗੀਆਂ ਸੱਚੀਆਂ ਗੱਲਾਂ ਹੋਣਗੀਆਂ ਬਲੌਗ 'ਚ ਬਣੇ ਰਹੋ ਧੰਨਵਾਦ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦੱਸ ਦਿੰਦਾ ਹਾਂ ਕਿ ਇਹ ਜਿਹੜਾ ਡੈਰੀ ਆਪਣੇ ਮੁਰਗੀ ਫਾਰਮ ਦਾ ਕੰਮ ਆ ਇਹ ਹੈਗਾ ਕੰਪਨੀ ਨਾਲ ਕਨੈਕਟ ਆ ਇਹਨਾਂ ਦਾ ਉਹ ਦੇਖਾਂਗੇ ਕੰਪਨੀ ਕਿੰਨੇ ਪੈਸੇ ਦਿੰਦੀ ਹੈ ਇਹਨਾਂ ਨੂੰ ਕੀ ਹਿਸਾਬ ਕਿਤਾਬ ਆ ਕਦੋਂ ਤੱਕ ਰੱਖਣੇ ਪੈਂਦੇ ਚੂਚੇ ਠੀਕ ਆ ਜੀ ਆ ਜਾਓ ਜੀ ਤਾਂ ਅੰਦਰ ਦਾ ਜਿਹੜਾ ਆਪਣੇ ਮੁਰਗੀ ਫਾਰਮ ਦਾ ਵਿਊ ਦਿਖਾਉਂਦੇ ਆ ਤੁਹਾਨੂੰ ਬਣੇ ਰਹੋ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਬਾਈ ਜੀ ਨੇ ਦੱਸਿਆ ਕਿ ਅੰਦਰ ਜਾਣ ਲਈ ਚੂਨੇ ਦੇ ਵਿੱਚ ਪੈਰਾਂ ਨੂੰ ਇੱਦਾਂ ਲਗਾਉਣਾ ਪੈਂਦਾ ਤਾਂ ਜੋ ਜਿਹੜੀ ਇਨਫੈਕਸ਼ਨ ਇਨਫੁਕਸ਼ਨ ਆ ਉਹ ਅੰਦਰ ਨਾ ਜਾਵੇ ਬੱਚਿਆਂ ਕੋਲ ਠੀਕ ਆ ਜੀ ਇਹ ਪਹਿਲਾਂ ਇੱਦਾਂ ਚੰਗੀ ਤਰ੍ਹਾਂ ਪੈਰਾਂ ਨੂੰ ਲਾਉਣਾ ਫਿਰ ਆ ਜਾਓ ਇਹ ਹੌਲੀ ਹੌਲੀ ਤੁਰਨਾ ਪੈਂਦਾ ਜੀ ਵਿੱਚ ਤਾਂ ਜੋ ਜਿਹੜੇ ਬੱਚੇ ਉਹ ਪੈਰਾਂ ਥੱਲੇ ਨਾ ਆਉਣ ਆਹ ਫੀਡ ਪਈ ਹੈ ਜੀ ਇਹਨਾਂ ਦਾ ਖਾਣਾ ਜਦੋਂ ਥੋੜ੍ਹੇ ਜਿਹੇ ਵੱਡੇ ਹੋ ਗਏ ਤਾਂ ਇਹ ਇੱਧਰ ਸ਼ਿਫਟ ਕਰ ਦਿੱਤੇ ਜਾਂਦੇ ਆ ਇਹ ਤਾਂ ਹਜੇ ਬੱਚੇ ਆ ਇਹ ਕਿੰਨੇ ਦਿਨ ਹੋ ਗਏ ਬਾਈ ਇਹਨਾਂ ਨੂੰ ਇਹ 4 ਕੁ ਦਿਨ ਦੇ ਹਜੇ ਬੱਚੇ ਛੱਡ ਕੇ ਗਏ ਆ ਕੰਪਨੀ ਵਾਲੇ ਆਹ ਦੇਖੋ ਸਾਰਾ ਕੁਛ ਇਹਨਾਂ ਦਾ ਸਿਸਟਮ ਵਧੀਆ ਆ ਸਫਾਈ ਵਧੀਆ ਬਾਈਆਂ ਦੀ ਬਾਈ ਨੇ ਥੋੜ੍ਹਾ ਟਾਈਮ ਟ੍ਰੇਨਿੰਗ ਵੀ ਲਈ ਸੀਗੀ ਉਹ ਪੁੱਛਾਂਗੇ ਬਾਈ ਨੂੰ ਬਹਿ ਕੇ ਇੰਟਰਵਿਊ ਦੇ ਵਿੱਚ ਬਹੁਤ ਵਧੀਆ ਸਿਸਟਮ ਆ ਜੀ ਬੜਾ ਵਧੀਆ ਜਿਹਨੇ ਕੰਮ ਕਰਨਾ ਬਾਈ ਬਾਹਰੋਂ ਟਾਈਮ ਲਾ ਕੇ ਆਇਆ ਬਾਹਰ ਤੋਂ ਆ ਕੇ ਇਹ ਕੰਮ ਕਰਿਆ ਬਾਈ ਨੇ ਬਹੁਤ ਜ਼ਿਆਦਾ ਜਿਹਨੇ ਮਿਹਨਤ ਕਰਨੀ ਹੈ ਜੀ ਉਹਦੇ ਲਈ ਕੰਮ ਬਹੁਤ ਹੈ ਇੱਥੇ ਵੀ ਉਹ ਕਰ ਸਕਦਾ ਬਾਈ ਰੱਖਿਆ ਹੋਇਆ ਬਾਈ ਆ ਰਿਹਾ ਉਹਨਾਂ ਇੰਟਰਵਿਊ ਕਰਦੇ ਹਾਂ ਤੁਸੀਂ ਜਾਨੂੰ ਦੇਖੋ ਬੱਚੇ ਪੁੱਛਾਂਗੇ ਕਿੰਨੇ ਦਿਨ ਦੇ ਵਿੱਚ ਤਿਆਰ ਹੋ ਜਾਂਦੇ ਆ ਇਹ ਠੀਕ ਆ ਜੀ ਹਾਂਜੀ ਬਾਈ ਜੀ ਸਵਾਗਤ ਆ ਤੁਹਾਡਾ ਸਾਡੇ ਚੈਨਲ 'ਤੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡਾ ਨਾਮ ਬਾਰੇ ਪੁੱਛਦਾ ਔਰ ਤੁਹਾਡਾ ਜਿਹੜਾ ਪਿੰਡ ਆ ਉਹਦੇ ਬਾਰੇ ਸਾਰਾ ਕੁਝ ਦੱਸੋ ਨਾਮ ਮੇਰਾ ਦਵਿੰਦਰ ਸਿੰਘ ਹੈ ਜੀ ਅੱਛਾ ਜੀ ਪਿੰਡ ਮੇਰਾ ਧੋਵਾਲਾ ਜੀ ਹਾਂਜੀ ਜ਼ਿਲ੍ਹਾ ਮੇਰਾ ਰੋਪੜ ਹਾਂ ਠੀਕ ਮਾੜਾ ਉੱਚੀ ਬੋਲਿਓ ਠੀਕ ਹੈ ਜੀ ਆਪਣੀ ਵੀਡੀਓ ਮੈਂ ਸਭ ਤੋਂ ਪਹਿਲਾਂ ਇਹ ਪੁੱਛਦਾ ਜੀ ਜਿਹੜੇ ਆਪਣੇ ਦਰਸ਼ਕਾਂ ਦੇ ਸਵਾਲ ਨੇ ਜਿਹੜੇ ਨਵੇਂ ਮੁੰਡੇ ਕੰਮ ਕਰਨਾ ਚਾਹੁੰਦੇ ਆ ਤਾਂ ਪਹਿਲਾਂ ਉਹ ਇਹ ਦੱਸੋ ਵੀ ਉਹ ਕਰਨ ਜਾਂ ਨਾ ਕਰਨ ਜਿਹੜੇ ਸਿੱਧਾ ਸਪਸ਼ਟ ਸਵਾਲ ਜਿਹੜੇ ਆਪਣੇ ਵੀਰ ਬਿਜਲੀ ਫਿਰਦੇ ਆ ਹਾਂਜੀ ਉਹਨਾਂ ਲਈ ਸਭ ਤੋਂ ਬੈਸਟ ਕੰਮ ਅੱਛਾ ਉਹਨੂੰ ਕਰਨਾ ਚਾਹੀਦਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇਹ ਪੁੱਛਣਾ ਜੀ ਤੁਹਾਨੂੰ ਕੰਮ ਕਰਦੇ ਨੂੰ ਕਿੰਨੇ ਸਾਲ ਹੋ ਗਏ ਮੈਨੂੰ 1.5 ਸਾਲ ਹੋ ਗਏ 1.5 ਸਾਲ ਹੋ ਗਏ 1.5 ਸਾਲ ਦੇ ਉੱਪਰ ਹੋ ਗਿਆ 2 ਸਾਲ ਦੇ ਪੀਰੀਅਡ ਵਿੱਚ ਅੱਛਾ ਹੁਣ ਤੁਹਾਡਾ ਜਿਹੜਾ ਪੂਰਾ ਐਕਸਪੀਰੀਅੰਸ ਵਧੀਆ ਹੀ ਹੈ ਇਹਨਾਂ ਕੰਮ ਬਾਰੇ ਵਧੀਆ ਹੈ ਵਧੀਆ ਠੀਕ ਹੈ ਜੀ ਮੈਨੂੰ ਇਹ ਵੀ ਪਤਾ ਲੱਗਿਆ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰੀ ਸੀ ਤੁਸੀਂ ਬਾਹਰੋਂ ਆ ਕੇ ਕੰਮ ਕੀਤਾ ਤੁਸੀਂ ਪਹਿਲਾਂ ਕਿਹੜੀ ਕੰਟਰੀ 'ਚ ਗਏ ਹੋਏ ਸੀ ਪਹਿਲਾਂ ਮੈਂ ਦੁਬਈ 'ਤੇ ਅੱਛਾ ਦੁਬਈ ਤੁਹਾਨੂੰ ਕੀ ਫਰਕ ਲੱਗਿਆ ਉੱਥੇ ਯਾਰ ਇੱਥੇ ਨਾਲ ਕਿ ਵੀ ਇਹ ਕੰਮ ਕਰਨਾ ਚਾਹੀਦਾ ਤੁਸੀਂ ਕਿਵੇਂ ਸੋਚਿਆ ਇਹ ਪਹਿਲਾਂ ਮੈਂ ਦੁਬਈ ਗਿਆ ਤਾ ਜੀ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਕੁਵੈਤ ਗਿਆ ਜੀ ਅੱਛਾ ਜੀ ਕੁਵੈਤ ਰਹਿਣ ਤੋਂ ਬਾਅਦ ਫਿਰ ਮੈਂ ਜਗ੍ਹਾ ਜੁਗ੍ਹਾ ਪਾ ਲਈ ਆਪਣੀ ਹਾਂਜੀ ਹਾਂਜੀ ਮੈਂ ਆਪਣਾ ਰਹਿਣ ਲੱਗ ਗਿਆ ਜੀ ਮਤਲਬ ਸੈੱਟ ਤੇ ਹਾਂਜੀ ਮੈਂ ਮਸ਼ੀਨ ਮਸ਼ੂਨ ਬਾਰੇ ਦੇਖਿਆ ਘੁੰਮ ਕੇ ਵੀ ਤੁਸੀਂ ਬਿਜ਼ਨਸ ਕਰਨ ਬਾਰੇ ਸੋਚਿਆ ਨਾ ਉਰੇ ਆ ਕੇ ਉਹ ਪਹਿਲਾਂ ਮੈਂ ਮਸ਼ੀਨ ਦੇਖੀ ਘੁੰਮ ਕੇ ਅੱਛਾ ਜੀ ਮਸ਼ੀਨ ਵਾਲੇ 20,000 ਰੁਪਏ ਦਿੰਦੇ ਤੇ ਜੀ ਫਿਰ ਕੰਮ ਨਹੀਂ ਤਾਂ ਕੋਈ ਢੰਗ ਦਾ ਹਾਂਜੀ ਤੇ ਫੈਕਟਰੀ ਗਿਆ 15,000 ਦਿੰਦੇ ਤੇ ਜੀ ਕੁਛ ਮਨ ਨੂੰ ਲੱਗਿਆ ਨਹੀਂ ਹੈਗਾ ਕੰਮ ਅੱਛਾ ਜੀ ਤੇ ਸਾਤੇ ਪੰਜਵਾਂ ਕੰਮ ਨਹੀਂ ਹੋ ਰਿਹਾ ਅਸੀਂ ਇਹ ਆਦ ਕੰਮ ਵੀ ਕਰਨਾ ਆਪਣਾ ਹੀ ਕੰਮ ਕਰਨਾ ਆਪਣਾ ਹੀ ਕੰਮ ਕਰਨਾ ਅੱਛਾ ਫਿਰ ਇਹ ਸੋਚਿਆ ਫਿਰ ਤੁਸੀਂ ਮੈਂ ਤੁਹਾਨੂੰ ਸਲਾਹ ਕਿਹਨੇ ਦਿੱਤੀ ਕਿ ਤੁਸੀਂ ਜਿਹੜਾ ਮੁਰਗੀ ਫਾਰਮ ਇਹ ਬਣਾਓ ਜੀ ਮੇਰੇ ਯਾਰ ਦੋਸਤ ਨੇ ਕੀਤਾ ਤਾਂ ਉੱਥੇ ਜਾ ਕੇ ਦੇਖਿਆ ਜੀ ਹਾਂਜੀ ਤੇ ਉਹਨੇ ਮੈਨੂੰ ਦੱਸਿਆ ਕਿ ਠੀਕ ਆ ਕੰਮ ਪਰ ਇੰਨੀ ਨੌਜਵਾਨ ਦਿੱਤੀ ਨਹੀਂ ਹੈਗੀ ਬਾਈ ਕੋ ਮਨ ਨੂੰ ਸ਼ੌਂਕ ਹੀ ਬਣ ਗਿਆ ਅੱਛਾ ਸ਼ੌਂਕ ਇਹ ਕਰਨਾ ਹੀ ਹੈ ਅੱਛਾ ਅੱਛਾ ਫਿਰ ਤੁਸੀਂ ਇਹਦੀ ਟ੍ਰੇਨਿੰਗ ਵੀ ਲਈ ਹੈ ਕਿਤੇ ਹਾਂਜੀ ਟ੍ਰੇਨਿੰਗ ਰੋਪਰ ਕੀਤੀ ਗਈ ਟ੍ਰੇਨਿੰਗ
नोट कर अठ साढ़े अठ लाख खर्चा आया 32 फुट चढ़ाई है जी। हां जी 32 फुट चढ़ाई है। हां 150 फुट लंबाई है। 150 फुट लंबाई। ठीक है जी। हुण मैं ये पूछना थोड़ा तो कि ये थोड़ा अपना कि तुसी इनू आप बेचदे हो ले जाके मार्केट दे विच जां थोड़ा कंपनी नाल कनेक्ट है? मेरा कंपनी नाल कनेक्ट है। अच्छा कंपनी। आईबी कंपनी है। आईबी कंपनी। ये कंपनी है किथे दी है जी? इहदे बारे दस सकदे हो कुछ? हां जी ये कंपनी कराली दी है। कराली। कराली ब्रांच है जी। अच्छा जी। ਇਹਦਾ ਇਹ ਕੰਪਨੀ ਬਾਰੇ ਦੱਸੋ ਕਿ ਤੁਹਾਨੂੰ ਕੰਪਨੀ ਦੇ ਕਿਆ ਰੂਲ ਆ ਵੀ ਕੰਪਨੀ ਕਿੱਦਾਂ ਬੱਚੇ ਕਿੰਨੇ ਦਿਨ ਦੇ ਲੈ ਕੇ ਜਾਂਦੇ ਕਿਵੇਂ ਛੱਡ ਕੇ ਜਾਂਦੇ ਮਾੜਾ ਸਾਰਾ ਵਿਸਤਾਰ ਨਾਲ ਦੱਸ ਦਿਓ ਤਾਂ ਕਿ ਜਿਹੜੇ ਦਰਸ਼ਕ ਆ ਨਾ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਜਿਹੜੇ ਕੰਮ ਕਰਨਾ ਹੈ। ਆਈਬੀ ਕੰਪਨੀ ਹੈ ਜੀ। ਅੱਛਾ ਜੀ। ਕੱਚੇ ਕੰਪਨੀ ਦਿੰਦੀ। ਹਾਂ ਜੀ। ਵੀਡੀਓ ਕੰਪਨੀ ਦਿੰਦੀ। ਹਾਂ ਜੀ। ਮੈਡੀਸਨ ਕੰਪਨੀ ਦਿੰਦੀ। ਤੇ 35 ਦਿਨ ਤੋਂ ਬਾਅਦ ਤਿਆਰ ਹੋ ਗਿਆ ਬੱਚਾ ਤਾਂ ਕੰਪਨੀ ਚੱਕ ਲੈ ਜਾਂਦੀ। ਅੱਛਾ ਜੀ। 35 ਦਿਨ ਜਦੋਂ ਬੱਚਾ ਫੁੱਲ ਤਿਆਰ ਹੋ ਜਾਂਦਾ ਜਿਵੇਂ ਹੁਣ ਛੋਟਾ ਬੱਚਾ ਇੱਕ ਹੈ ਇੰਨਾ ਕੁ ਬੱਚਾ। ਹਾਂ ਜੀ। ਉਹ 35 ਦਿਨਾਂ ਬਾਅਦ ਕਿੰਨੇ ਕੁ ਉਹਦਾ ਵੇਟ ਹੋ ਜਾਂਦਾ? ਬਾਕੀ ਖੁਰਾਕ ਤੇ ਡਿਪੈਂਡ ਆ ਜਿੰਨੀ ਆਪਾਂ ਇਹਦੀ ਕੇਅਰ ਕਰਾਂਗੇ। ਹਾਂਜੀ। ਗਰਮੀਆਂ ਦੇ ਵਿੱਚ ਸਾਨੂੰ ਫੁਆਰੇ ਚਲਾਉਣੇ ਪੈਂਦੇ ਆ, ਗਰਮੀਆਂ ਡੋਨ ਕਰ ਅੰਦਰ ਬੜਾ ਧਿਆਨ ਰੱਖਣਾ ਪੈਂਦਾ। 2 ਕਿਲੋ ਤੋਂ ਉੱਪਰ ਟੱਪ ਜਾਂਦਾ। 2 ਕਿਲੋ ਤੋਂ ਉੱਪਰ ਟੱਪ 22-23 ਗ੍ਰਾਮ ਦੀ ਐਵਰੇਜ ਆ ਜਾਂਦੀ। ਅੱਛਾ 35 ਦਿਨਾਂ ਦੇ ਵਿੱਚ। 35 ਦਿਨ ਦੇ ਵਿੱਚ। ਅੱਛਾ ਵੀ ਕੰਪਨੀ ਵੱਲੋਂ ਹੀ ਸਾਰਾ ਇਹਨਾਂ ਦਾ ਜਿਹੜਾ ਖੁਰਾਕ ਆ ਉਹ ਕੰਪਨੀ ਵੱਲੋਂ? ਕੰਪਨੀ। ਡਾਕਟਰ ਵੀ ਆਉਂਦਾ ਦੇਖ? ਡਾਕਟਰ ਡੇਲੀ ਆਉਂਦਾ ਜੀ। ਅੱਛਾ ਜੀ। ਵਧੀਆ ਰਿਸਪੌਂਸ ਆ ਜੀ ਕੰਪਨੀ ਵੱਲੋਂ? ਹਾਂਜੀ ਕੰਪਨੀ ਬਹੁਤ ਵਧੀਆ ਹੈ, ਹੁਣ ਤੱਕ ਕੋਈ ਘਾਟਾ ਨਹੀਂ ਪਿਆ ਜੀ। ਹਾਂਜੀ। ਨਾ ਕਦੇ ਕੰਪਨੀ ਨੂੰ ਧੱਕਾ ਦਿੱਤਾ। ਅੱਛਾ ਜੀ। ਕੋਈ ਇਹੋ ਜਿਹਾ ਕੰਮ ਕੰਪਨੀਆਂ ਸਗੋਂ ਸਾਨੂੰ ਰੋਕਤੀ ਜੋਗੇ ਕੀਤਾ ਹੈ। ਵੈਰੀ ਗੁੱਡ। ਇਹ ਕੰਪਨੀ ਜਿਹੜੀ ਬਹੁਤ ਵਧੀਆ ਕੰਪਨੀ ਹੈ, ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਵੀ ਦੇ ਰਹੇ ਕੰਪਨੀ ਜੇ ਕਿਸੇ ਨੇ ਕਨੈਕਟ ਕਰਨਾ ਤਾਂ ਕਰ ਸਕਦਾ ਜੀ। ਡਾਕਟਰ ਦਾ ਨੰਬਰ ਦੇ ਦਾਂਗੇ। ਅੱਛਾ ਡਾਕਟਰ ਦਾ ਵੀ ਨੰਬਰ ਮਿਲ ਜੂਗਾ। ਇੱਕ ਮੈਂ ਇਹ ਪੁੱਛਣਾ ਦਰਸ਼ਕਾਂ ਦਾ ਇਹ ਸਵਾਲ ਹੁੰਦਾ ਵੀ ਜਿਵੇਂ ਮੰਨ ਲਓ ਹੁਣ ਤੁਸੀਂ ਇੱਕ ਐਵਰੇਜ 100 ਬੱਚਾ ਪਾਇਆ, ਹਾਂਜੀ, ਤਾਂ ਉਹਦੇ ਵਿੱਚੋਂ ਅਪਰੋਕਸੀਮੇਟਲੀ ਵੀ ਡੈਥ ਕਿੰਨੇ ਬੱਚਿਆਂ ਦੀ ਹੋ ਜਾਂਦੀ ਹੈ? ਜੇ ਆਪਾਂ ਸਮਝ ਲਓ ਜੀ 4000 ਬੱਚਾ ਪਾਇਆ। ਹਾਂ 4000 ਦੀ ਚਲ ਗੱਲ ਰੱਖੋ। ਹਾਂਜੀ ਉਹਦੇ ਵਿੱਚੋਂ ਜੀ 100 ਕੁ ਬੱਚਾ ਮਰਦਾ ਜੀ, ਉਹ ਵੀ ਕਹਿੰਦੇ 100 ਤੇ 165 ਤੱਕ ਪਹੁੰਚ ਜਾਂਦਾ। ਇਹਨਾਂ ਦਾ ਨਾਰਮਲ ਰੇਂਜ ਆ ਕੀ ਹੋ ਜਾਂਦਾ? ਹਾਂਜੀ ਹਾਂਜੀ। ਅੱਛਾ ਇੱਕ ਹੋਰ ਆ ਵੀ ਗੱਲ ਹੈ ਵੀ ਜਿਵੇਂ ਮੰਨ ਲਓ ਵੀ ਤੁਹਾਡਾ ਇਹ ਫਾਰਮ ਆ, ਇਹਦੇ ਵਿੱਚ ਤੁਸੀਂ ਇੱਕ ਟਾਈਮ 'ਚ ਕਿੰਨੇ ਬੱਚੇ ਪਾਉਂਦੇ ਹੋ? ਇੱਕ ਟਾਈਮ 'ਚ ਕਿਤੇ ਵੀ ਜਿਵੇਂ ਹੁਣ ਜਿਵੇਂ ਆਹ ਤੁਹਾਡਾ 32x150 ਦਾ ਪੁੱਟ ਦਾ, ਉਹ 3200 ਦਾ ਜੀ। ਅੱਛਾ 3200 ਆ ਇਹ ਇਹ 32x150। ਹਾਂ ਇਹਦੇ ਵਿੱਚ ਕਿੰਨੇ ਬੱਚੇ ਪਏ? ਜਿਵੇਂ ਹੁਣ ਮੰਨ ਲਓ 4000 ਪਾਇਆ। ਹਾਂਜੀ 4000 ਇੱਕ 'ਚ ਪਾਇਆ ਵਾ ਅਤੇ 3200 ਇੱਧਰ ਆ ਇਹ 2400। ਠੀਕ ਆ ਜੀ। ਇਹ ਆਪਾਂ ਤੁਹਾਨੂੰ ਫਾਰਮ ਦੇ ਵਿੱਚ ਵੀ ਦਿਖਾ ਦਾਂਗੇ, ਸਾਰਾ ਵਿਜ਼ਿਟ ਕਰਕੇ ਤੁਸੀਂ ਵੀਡੀਓ 'ਚ ਦੇਖ ਲਿਓ। ਠੀਕ ਆ ਜੀ। ਅਤੇ ਬਾਕੀ ਇਹ ਹੋ ਜਾਂਦੇ ਜੀ 35 ਦਿਨਾਂ 'ਚ ਤਿਆਰ ਫੁੱਲ, ਉਹ ਆਪੇ ਲੈ ਕੇ ਜਾਂਦੇ? ਟਰਾਂਸਪੋਰਟ ਦਾ ਖਰਚਾ? ਹਾਂ ਸਾਰਾ ਉਹਦਾ ਖਰਚਾ, ਤੁਹਾਨੂੰ ਲੋਡਿੰਗ ਦੇ ਪੈਸੇ ਵੀ ਦਿੰਦੇ ਹੈ, ਉਹ ਲੋਡ ਕਰਨੇ ਦੇ ਲੋਡ ਵੀ ਦੇ ਪੈਸੇ ਦਿੰਦੇ। ਹਾਂ ਇੱਕ ਇਹ ਵੀ ਦੱਸ ਦਿਓ ਵੀ ਫਿਰ ਉਹ ਕਿਲੋਆਂ ਦੇ ਹਿਸਾਬ ਨਾਲ ਪੈਸੇ ਦਿੰਦੇ ਤੁਹਾਨੂੰ? ਕਿਲੋਆਂ ਦੇ ਹਿਸਾਬ ਐਗਰੀ ਮਿੰਟ ਜੀ ਸਾਡਾ 7 ਰੁਪਏ ਤੋਂ ਸ਼ੁਰੂ ਹੋ ਜੀ। ਕੰਪਨੀ 7.5 ਤੋਂ ਸ਼ੁਰੂ ਕੀਤਾ ਹੋਇਆ ਪਰ 7.5 ਅੱਜ ਤੱਕ ਕੰਪਨੀ ਨੇ ਦਿੱਤੇ ਨਹੀਂ ਹੈਗੇ, 10-11 ਰੁਪਏ ਹੀ ਆਏ ਆ। ਵੈਰੀ ਗੁੱਡ। ਵੀ ਕਿਲੋ ਦੇ? ਹਾਂਜੀ ਕਿਲੋ ਦੇ 11 ਰੁਪਏ, 10 ਰੁਪਏ, 12 ਰੁਪਏ, 13 ਰੁਪਏ ਵੀ ਆ ਗਏ ਜੀ। ਹਾਂਜੀ ਹਾਂਜੀ 13-14 ਤੱਕ ਹੀ ਚੱਲੇ। ਠੀਕ ਆ ਜੀ। ਫਿਰ ਤੁਹਾਡਾ ਫਾਇਦਾ ਹੋਇਆ ਜੀ ਘਾਟਾ ਜਦੋਂ? ਤੁਹਾਡਾ ਆਉਣ ਵਾਲੇ ਜਿਹੜਾ ਟਾਈਮ ਹੋਊਗਾ ਵੀ ਤੁਹਾਡਾ ਹੋਰ ਵੀ ਬਿਜ਼ਨਸ 'ਚ ਵੱਲ ਆਉਣ ਬੜਾ ਕਰਨ ਲਈ ਹੋਰ ਵੀ ਸੋਚ ਹੈਗੀ? ਬੜਾ ਕਰਾਂਗੇ, ਏਸੀ ਫਾਰਮ ਕਰਨਾ ਹਜੇ ਨਹੀਂ ਕਰਨਾ, ਰੁਕੀ ਕਰਾਂਗੇ ਹਜੇ 5-4 ਸਾਲ ਜਦੋਂ ਕੋਈ ਇਨਕਮ ਵੱਧ ਗਈ। ਠੀਕ ਆ ਜੀ। ਇੱਕ ਹੋਰ ਗੱਲ ਦੱਸੋ, ਮੰਨ ਲਓ ਜੇ ਤੁਹਾਡੇ ਤੋਂ ਕਿਸੇ ਨੇ ਪੁੱਛਣਾ ਹੋਵੇ, ਤੁਹਾਡਾ ਫੋਨ ਨੰਬਰ ਵਿੱਚ ਦੇ ਦਈਏ ਕਿ ਤੁਹਾਡੇ ਤੋਂ ਕਿਸੇ ਨੇ ਸਲਾਹ ਹੀ ਲੈਣੀ ਹੋਵੇ। ਨਵਾਂ ਬੰਦਾ ਡਰਦਾ ਹਮੇਸ਼ਾ ਨਾ ਫੋਨ ਕਰ ਸਕਦੇ, ਨੰਬਰ ਦੇ ਸਕਦੇ ਵੀ ਤੁਹਾਡੇ ਤੁਹਾਡੇ ਹਿਸਾਬ ਨਾਲ ਮੁਨਾਫਾ ਜੀ ਇਹ ਕੰਮ ਵਧੀਆ ਜੀ? ਵਧੀਆ ਕੰਮ ਆ ਜੀ, ਬਸ ਕੇਅਰ ਆ ਜੀ। ਕੇਅਰ ਵੈਣੀ ਵੀ ਆਪਾਂ ਪਾ ਕੇ ਬੱਚੇ ਸਰਗੇ ਘੁੰਮਣ ਚਲ ਗਏ, ਇੱਧਰ ਚਲ ਗਏ। ਠੀਕ ਆ ਜੀ। ਸੰਭਾਲ ਉੱਪਰ ਵੀ ਜਣੋ ਰਹਿਣਾ ਹੀ ਪੈਂਦਾ, ਸਵੇਰੇ ਸ਼ਾਮ ਦੁਪਹਿਰੇ ਦੇਖਣਾ ਹੀ ਪੈਂਦਾ ਨਾ। ਸਾਂਭ ਸੰਭਾਲ ਆ ਜੀ। ਹਾਂਜੀ। ਹੁਣ ਆਪਾਂ ਜਿਹੜਾ ਹੁਣ ਆਪਾਂ ਮੇਨ ਜਿਹੜੀ ਵੀਡੀਓ ਦੀ ਇਹ ਗੱਲ ਕਰ ਲਈਏ ਕਿ ਇਹਦੇ ਵਿੱਚੋਂ ਮੈਂ ਤੁਹਾਡੀ ਓਰੀਜਨਲ ਕਮਾਈ ਤਾਂ ਪੁੱਛਣੀ ਨਹੀਂ ਕਿ ਤੁਸੀਂ ਨੇੜੇ ਤੇੜੇ ਦੱਸ ਦਿਓ ਵੀ ਕਮਾਈ ਕਿੰਨੀ ਹੋ ਜਾਂਦੀ ਹੈ ਜਣੋ ਇੱਕ ਫਾਰਮ 'ਚੋਂ? ਇੱਕ ਫਾਰਮ ਦੇ ਵਿੱਚੋਂ ਜੇ ਮਹੀਨੇ ਦੀ ਮਹੀਨੇ 'ਚ ਚੱਲ ਕੇ ਚੱਲੀਏ ਤਾਂ 60-70 ਹਜ਼ਾਰ ਰੁਪਇਆ ਆ ਜਾਂਦਾ। ਵਾਹ ਜੀ ਵਾਹ। ਜਿਵੇਂ ਤੁਸੀਂ ਸੁਣ ਸਕਦੇ ਆ ਕਿ ਬਾਈ ਨੇ ਨਾ ਨੇੜੇ ਤੇੜੇ ਕਮਾਈ ਦੱਸੀ, ਕਿਉਂਕਿ ਕਿਸੇ ਦੀ ਕਦੇ ਕਮਾਈ ਨਹੀਂ ਪੁੱਛਣੀ ਚਾਹੀਦੀ, ਇਹ ਰੂਲ ਹੁੰਦਾ। ਠੀਕ ਹੈ ਜੀ। 60-70 ਹਜ਼ਾਰ ਰੁਪਇਆ ਬਾਈ ਨੇ ਕਿਹਾ ਵੀ ਬਹੁਤ ਵਧੀਆ। ਜਿਹੜੇ ਬੰਦੇ ਆਪਾਂ ਬੱਚੇ ਬਾਹਰ ਜਾਂਦੇ ਆ ਜਾਂ ਪੜ੍ਹਨਾ ਨਾ, ਉੱਥੇ ਵੀ ਦਿਹਾੜੀਆਂ ਬਾਈ ਕਰਨੀਆਂ। ਠੀਕ ਹੈ ਜੀ। ਅਤੇ ਬਾਕੀ ਉਰੇ ਆਪਣਾ ਬਿਜ਼ਨਸ ਖੁਦ ਦਾ ਕਰ ਸਕਦੇ ਆ। ਠੀਕ ਆ। ਬਾਕੀ ਤੁਹਾਨੂੰ ਫਾਰਮ ਦੇ ਵਿੱਚ ਦਿਖਾਵਾਂਗੇ ਸਾਰਾ। ਹਾਂ ਦੇਖੋ ਜੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਾਈ ਹੋਣੀ ਕਹਿੰਦੇ ਸੀਗੇ ਚੂਨਾ ਲਾ ਕੇ ਅੰਦਰ ਜਾਣਾ ਪੈਂਦਾ, ਅਤੇ ਬਾਈ ਜੀ ਚੂਨੇ ਬਾਰੇ ਵੀ ਥੋੜ੍ਹਾ ਦੱਸੋ ਵੀ ਕਿਉਂ ਇਹ?
ਚੁੰਗਾ ਬਿਮਾਰੀ ਤੇ ਹੈ। ਅੱਛਾ ਬਿਮਾਰੀ ਕੋ ਇਨਫੈਕਸ਼ਨ ਕੋ ਕੁਛ ਹੈ ਨਾ, ਜਿੱਦਾਂ ਆਪਾਂ ਬਾਹਰੋਂ ਕਿਤੇ ਜਾਂਦੇ ਆ ਕਿਤੇ ਕਾਂ ਕੋਈ ਪੰਛੀ ਦੀ ਬਿੱਠ ਗਿਰੀ ਹੁੰਦੀ ਆ ਪੈਰ ਲੱਗ ਕੇ ਅੰਦਰ ਚਲੇ ਜਾਂਦੀ ਉਹਨੂੰ ਬਿਮਾਰੀ ਫੈਲ ਜਾਂਦੀ। ਚਲੋ ਠੀਕ ਹੈ ਜੀ, ਚਲੋ ਹੋ ਜਾਓ ਨਹੀਂ ਤਾਂ ਮੈਂ ਕਰ। ਹਾਂ ਦੇਖੋ ਜੀ ਇਹ ਬਾਈ ਦਾ ਜਿਹੜਾ 3200 ਵਾਲਾ ਹੈ, ਇਹ 3200 ਵਾਲਾ ਫਾਰਮ ਆ। ਦੇਖੋ ਬੱਚੇ ਕਿੰਨੇ ਦਿਨ ਦੇ ਬੱਚੇ ਆ ਬਾਈ ਇਹ ਦੱਸ। 10 ਦਿਨ ਦੇ ਬੱਚੇ ਹੋ ਗਏ ਜੀ। ਆਹ ਦੇਖੋ ਆਹ ਫੀਡ ਪਈ ਆ, ਇਹ ਕੰਪਨੀ ਵੱਲੋਂ ਪ੍ਰੋਵਾਈਡ ਹੁੰਦੀ ਹੈ ਜੀ। ਠੀਕ ਆ ਜੀ, ਆਪ ਦੇਖ ਲਓ ਜੀ ਆਪਣਾ ਸਿਸਟਮ ਦੇਖ ਲਓ, ਉੱਪਰ ਸ਼ੈੱਡ ਦੇਖ ਲਓ, ਇੱਕ ਸਾਰਾ ਕੁਛ ਇਹ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ। ਬਾਈ ਤੁਸੀਂ ਕਹਿੰਦੇ ਸੀਗੇ ਫੁਹਾਰੇ ਚੱਲਦੇ ਆ, ਉਹ ਚਲਾ ਕੇ ਤੁਸੀਂ ਦਿਖਾ ਸਕਦੇ ਹੋ? ਦਿਖਾ ਸਕਦੇ। ਹਾਂ ਮਾੜਾ ਜਿਹਾ ਕਰਿਓ ਉਹ ਸ਼ੋਅ ਕਿੱਦਾਂ ਹੈ ਜੀ ਉਹ। ਬਾਹਰੋਂ ਵੀਡੀਓ ਬਣਨੀ ਵੈਸੇ। ਅੱਛਾ ਜੀ, ਉਹ ਬਾਹਰੋਂ ਹੀ ਬਣੂਗੀ। ਚਲੋ ਕੋਈ ਨਹੀਂ, ਉਹ ਬਾਹਰੋਂ ਬਣਾ ਲੈਂਦੇ ਹਾਂ। ਛੋਟੀ ਜਗ੍ਹਾ ਦੇ ਵਿੱਚ ਇੱਥੇ ਰੱਖੇ ਹੋਏ ਆ, ਫਿਰ ਉਹਨੂੰ ਅੱਗੇ ਨਾ ਸ਼ਿਫਟ ਕਰਨਾ ਪੈਂਦਾ ਬੱਚਿਆਂ ਨੂੰ। ਆਹ ਦੇਖ ਸਕਦੇ ਜੀ ਆਹ ਬਾਈ ਨੇ ਜਗ੍ਹਾ ਬੰਦ ਕਰੀ ਹੋਈ ਆ ਲਾ ਕੇ, ਆਹ ਵੀ ਜੇ ਇਹ ਬੱਚੇ ਵੱਡੇ ਹੋ ਜਾਣਗੇ ਤਾਂ ਇੱਧਰ ਸ਼ਿਫਟ ਕਰ ਦਿੱਤੇ ਜਾਣਗੇ, ਫਿਰ ਖੁੱਲ੍ਹਾ ਹੀ ਹੋ ਜਾਊਗਾ ਜੀ ਸਾਰਾ। ਅੱਛਾ ਖਾਨਾ ਫਿਰ ਖੋਲਾਂਗੇ, ਵੱਡੇ ਹੋ ਗਏ ਤਾਂ ਇੱਧਰ। ਠੀਕ ਹੈ, ਅੱਛਾ ਫਿਰ ਪੂਰੀ ਸ਼ੈੱਡ ਖੋਲ ਦਿੱਤੀ ਜਾਊਗੀ। ਠੀਕ ਆ ਜੀ, ਇਹ ਜਿਹੜਾ ਇਹਨਾਂ ਦਾ ਕੋਈ ਖਾਸ ਜਿਵੇਂ ਟੈਂਪਰੇਚਰ ਦਾ ਵੀ ਹੁੰਦਾ? ਠੀਕ ਹੈ ਜੀ, ਆਉਂਦੇ ਬੱਚੇ ਨੂੰ ਘਟਦਾ ਜਾਂਦਾ 80-70 ਤੱਕ, ਫਿਰ ਆਪਣੇ ਆਪ ਹੀ ਟੈਂਪਰੇਚਰ ਬਣਾਉਣ ਲੱਗ ਜਾਂਦੇ ਆ। ਠੀਕ ਆ ਜੀ, ਜਿਵੇਂ ਹੁਣ ਤੁਸੀਂ ਮੈਂ ਉੱਪਰ ਦੇਖਿਆ ਸੀਗਾ ਕਿ ਉੱਪਰ ਜਿਹੜੇ ਸ਼ੈੱਡ ਦੇ ਤੁਸੀਂ ਪਰਾਲੀ ਜਾਂ ਕੁਛ ਰੱਖਿਆ ਹੋਇਆ ਹੈ ਨਾ, ਠੰਡੇ ਹੋਣ ਰੱਖਿਆ? ਅੱਛਾ ਉਹ ਠੰਡੇ ਹੋਣ ਲਈ। ਠੀਕ ਆ ਜੀ, ਜਿਹੜਾ ਬਾਈ ਜੀ ਆਹ ਇਹ ਜਿਹੜਾ ਆਏ ਆਪਣੇ ਆਹ ਕੌਲੀਆਂ ਜਿਵੇਂ ਆਹ ਜਿਵੇਂ ਬਾਲਟੀਆਂ ਹੈ, ਬਰਤਨ ਆ ਜੀ, ਫੀਡ ਆ ਗਏ। ਅੱਛਾ ਇਹ ਆਪਣੇ ਹੀ ਆ ਤੁਹਾਡੇ ਹੈ ਨਾ, ਇਹ ਸਾਰਾ ਸਮਾਨ ਆਪਣਾ ਹੈ ਜੀ, ਆਪਣੇ ਸ਼ੈੱਡ ਆਪਣੀ ਤਿਆਰ ਕੀਤੀ ਹੋਈ ਹੈ ਜੀ। ਠੀਕ ਹੈ ਜੀ, ਥੱਲੋਂ ਤਾਂ ਕੱਚਾ ਹੀ ਹੈ ਨਾ ਜੀ? ਹਾਂਜੀ ਥੱਲੋਂ ਕੱਚਾ ਹੀ ਆ, ਫੱਕ ਪਾਈ ਵੀ ਹੈ ਜੀ। ਅੱਛਾ ਜੀ, ਰੈਡੀ ਕੀਤਾ ਵਾ, ਬੱਚਾ ਵਧਾਈ ਜਾਣਾ। ਜਿਹੜੀ ਇਹਦੀ ਖਾਦ ਤਿਆਰ ਕਰਦੇ ਆ ਜੀ, ਇਹ ਮਾੜੀ ਮੋਟੀ ਖਾਦ ਤਾਂ ਹੁੰਦੀ ਹੋਣੀ ਹੈ ਥੱਲੇ? ਖਾਦ ਬਾਹਰ ਪਈ ਹੈ ਜੀ। ਉਹ ਫਿਰ ਉਹ ਤੁਸੀਂ ਵੇਚ ਵੀ ਦਿੰਦੇ ਹੋ ਖਾਦ? ਹਾਂਜੀ ਉਹਨੂੰ ਵੇਚ ਦਿੰਦੇ। ਠੀਕ ਆ ਜੀ, ਉਹ ਵਿਕ ਵੀ ਜਾਂਦੀ ਹੈ। ਠੀਕ ਆ ਜੀ, ਹੁਣ ਬਾਈ ਹੁਣ ਦਿਖਾਵਾਂਗੇ ਫੁਹਾਰੇ ਚਲਾ ਕੇ, ਵੀਡੀਓ ਤਾਂ ਬਾਹਰੋਂ ਹੀ ਬਣਨੀ ਹੈ ਜੀ ਉਹਦੀ, ਪਰ ਆਪਾਂ ਫਿਰ ਵੀ ਦੇਖਣਾ ਚਾਹੁੰਦੇ ਹਾਂ ਵੀ ਕਿੱਦਾਂ ਫੁਹਾਰਿਆਂ ਦਾ ਕੀ ਸਿਸਟਮ ਆ। ਬੰਦਾ ਰੱਖਿਆ ਹੋਇਆ ਮੈਂ ਜੀ ਕੰਮ? ਆਹ ਬਾਈ ਜੀ ਨੇ ਬੰਦਾ ਰੱਖਿਆ ਹੋਇਆ ਹੈ ਸਪੈਸ਼ਲ, ਇਹ ਪੂਰਾ ਕੰਮ ਬਾਈ ਧਿਆਨ ਨਾਲ ਕਰਦਾ ਹੈ, ਸਾਰੀ ਟ੍ਰੇਨਿੰਗ ਇਹਨੂੰ ਦਿੱਤੀ ਹੋਈ ਹੈ ਬਾਈ ਨੇ। ਠੀਕ ਆ ਜੀ, ਆਹ ਦੇਖ ਸਕਦੇ ਹਾਂ ਤੁਸੀਂ ਛੱਤ ਪਰ ਜਿਹੜਾ ਫੁਹਾਰੇ ਚੱਲ ਰਹੇ ਆ ਛੱਤ ਨੂੰ ਠੰਡੀ ਕਰਨ ਦੇ ਲਈ, ਆਹ ਤੁਸੀਂ ਵੀਡੀਓ 'ਚ ਦੇਖ ਸਕਦੇ ਹਾਂ। ਇਹ ਬੇਹੱਦ ਜ਼ਰੂਰੀ ਆ ਗਰਮੀ ਦੇ ਵਿੱਚ, ਵੀਡੀਓ 'ਚ ਤੁਹਾਨੂੰ ਜੇ ਸਾਫ਼ ਨਹੀਂ ਦਿਖ ਰਿਹਾ ਉੱਪਰ ਹੀ ਆ ਜੀ ਚੱਲ ਰਹੇ, ਪਾਣੀ ਨੀਚੇ ਇੱਧਰ ਪਾਣੀ ਨੀਚੇ ਗਿਰ ਰਿਹਾ ਜੀ, ਪੂਰੀ ਛੱਤ ਠੰਡੀ ਹੋ ਰਹੀ ਹੈ। ਬਾਕੀ ਬਾਈ ਜੀ ਨੇ ਉਹ ਟੈਂਕੀ ਤੁਸੀਂ ਦੇਖ ਸਕਦੇ ਆ ਉਹ ਵਿੱਚੋਂ ਰੱਖੀ ਹੋਈ ਹੈ ਇਹਦੇ ਛੱਤ ਦੇ ਵਿੱਚ, ਤਾਂ ਜੋ ਪਾਣੀ ਠੰਡਾ ਰਹੇ ਵੀਰ ਜੀ। ਇਹ ਪਾਣੀ ਠੰਡਾ, ਆਹ ਦੇਖੋ ਜੀ ਜਿਹੜੀ ਟੈਂਕੀ ਆ ਇਹ ਠੰਡੀ ਰਹਿਣ ਦੇ ਲਈ ਇਹਦੇ ਇਹਨੂੰ ਉੱਪਰੋਂ ਕਵਰ ਕੀਤਾ ਗਿਆ ਆ, ਵਧੀਆ ਉੱਚੀ ਜਗ੍ਹਾ ਟੈਂਕੀ ਰੱਖੀ ਗਈ ਆ। ਇਹ ਬਾਈ ਜੀ ਉਹਨਾਂ ਦੇ ਖੇਤ ਆ ਜੀ, ਇੱਥੇ ਸਾਈਡ 'ਤੇ ਸਾਰੇ ਆਪਣੇ ਖੇਤਾਂ ਦੇ ਵਿੱਚ ਦੂਰ ਜਿਹੜਾ ਆਬਾਦੀ ਤੋਂ ਇਹ ਕੰਮ ਕੀਤਾ ਗਿਆ, ਤਾਂ ਜੋ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ। ਆਹ ਦੂਜਾ, ਇਹ ਦੂਜਾ ਫਾਰਮ ਆ ਜੀ ਬਾਈ ਉਹਨਾਂ ਦਾ, ਇਹ ਕਮਰਾ ਬਣਾਇਆ ਜੀ ਲੈ ਆਪਣੇ ਬੰਦਾ ਰੱਖਿਆ ਜਿਹੜਾ ਉਹਨਾਂ ਦੀ ਫੈਮਿਲੀ ਇੱਥੇ ਰਹਿ ਰਹੇ ਆ। ਇਹ ਕਮਰਾ ਜੀ, ਇਹ ਦੂਜਾ ਫਾਰਮ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਵੀਡੀਓ ਦੇ ਵਿੱਚ ਦਿਖਾ ਦਿੱਤਾ ਸੀਗਾ। ਬਾਈ ਜੀ ਇੱਕ ਦੱਸੋ ਵੀ ਜਿਹੜਾ ਮੈਂ ਪਹਿਲਾਂ ਵੀਡੀਓ ਸ਼ੁਰੂ ਕਰਿਆ ਵੀ ਜਿਹੜਾ ਆਹ ਦਰਖਤ ਤੁਸੀਂ ਲਗਾਇਆ ਇਹਨਾਂ ਦਾ ਕੀ ਫਾਇਦਾ? ਇਹ ਦਰਖਤ ਜੀ ਤਾਂ ਲਗਾਏ ਵੇ ਆ ਜੀ ਕਿ ਇਧਰਲੀ ਸ਼ੇਡ ਨੂੰ ਛਾਵਾਂ ਰਹੂਗੀ, ਉਧਰ ਠੰਡੀ ਰਹੂਗੀ ਛਾਵਾਂ ਨਾਲ। ਅੱਛਾ ਵੀ ਜਦੋਂ ਵੱਡੇ ਹੋਗੇ ਤਾਂ ਛਾਵਾਂ ਨਾਲ ਠੰਡ ਰਹੂਗੀ? ਹਾਂਜੀ ਹਾਂਜੀ। ਠੀਕ ਆ ਜੀ, ਫਿਰ ਬੱਚਿਆਂ ਨੂੰ ਉਨਾ ਹੀ ਵਧੀਆ ਫਾਇਦਾ, ਗਰੋਥ ਜ਼ਿਆਦਾ ਆਉਂਦੀ ਹੈ ਜਿੰਨੀ ਗਰਮੀ 'ਚ ਠੰਡਾ ਹੋਵੇ। ਠੀਕ ਆ ਜੀ, ਠੀਕ ਆ, ਧੰਨਵਾਦ ਬਾਈ ਜੀ, ਬਹੁਤ ਬਹੁਤ ਥੈਂਕ ਯੂ।